पाला साहब जी आए और दूसरी टीम बाबा पाला सिंह जी कड़ियाल। पहली रेड दे उत्ते कबड्डी दा जौंडियर रेड पा रहे हैं। पहली रेड जौंडियर दी ते सामने जाफी भी तैयार। जौंडियर रेड पा रहे हैं विनोनी। आओ सामने कहते जौंडियर दी रेड पैगी मेरे पंजाबी वीरो। उधर चार जाफी एन तैयार पर तैयार खड़े है। हुण देखदे भी जफा केड़ा गबरू कहते कड़ियाल वाला चोला साहब की धरती। आओ एक कहते पिसू आ ए पिसू ते नौयर चौड़ियर चौड़ियर ते पिसू। हुण हुण पिसू लड़ू के नहीं ए ते आओ आओ ए आ ए आ ए इत्थे इत्थे रवि ना दसी एक बुलट है। और सामने कहते बुलट की कबड्डी पै गई है। हुण चार है चोला साहब दे सुखमण दा अरश दा ना है और कड़ियाल दी धरती दा। हुण नौयर गबरू कहते बुलट ते बल्ले ए ए ए मैनू लगदा भी हुण हुण ए अंतरजामी है। ए कहवे अंतरजामी है ए अंतरजामी आओ कर गया काम कारा। कुछ भी करूंगा ए कुछ कर सकदा पर टेक्निकल पॉइंट लभी दीपे जुए से वालिया पिस्टल है। ओ बस मुड़ जा हुण आ कहने जहर है जहर सामने जहर लाओ सामने जहर रेंड पा रहे हैं। जहर नवी चाहे जफा लगे चाहे पॉइंट रेंडर लेके जावे एक्शन ता होगा एक्शन ता जरूरी है। उधर भूपा बटारी पल्टीना पिस्टल दे लिए 100 रुपया भूपा बटारी पल्टीना। तेल पच्ची का पवा के ए नौजान आओ सामने नौजान घबरो आओ पलटीना इथे इथे दी एवरेज बहुत है गोपी एदी आ सलेडा आ गया। आओ सलेडा आ गया खेड दे मैदान विच उधर वेखदा है भी हुण सलेडे नू डक्कू कौन रखू कौन पर आओ सलेडा आओ सलेडा ए पेट्रोल है पेट्रोल पेट्रोल ए पेट्रोल है। एक दो तीन लाइव डॉन देने जरिए वो फेर पिस्टल आ गया वो फेर पिस्टल आ गया वो देखियो एडा का शरीर ओदा है नहीं जेड़े दो लागे उन्होंने गोलियां चेक करियां ने भी किनिया पैंदियां ने उन्होंने एदे विच गोलियां चेक करियां ने पिस्टल च किनियां ਉਹ ਭਾਵੇਂ ਭੱਜ ਆਇਆ ਬਾਈ ਜਦੋਂ ਬੈਗ ਤੋਰਦਾ ਸੀਗਾ ਨਾ ਤੋਰ ਕਿੰਨੀ ਸੋਹਣੀ ਲੱਗਦੀ ਸੀ ਮੁੰਡੇ ਦੀ ਉਹ ਚਿੱਟੀਆਂ ਪੱਟੀਆਂ ਜਿਹਾ ਬੜੀਆਂ ਸੋਹਣੀਆਂ ਲੱਗਦੀਆਂ ਸੀਗੀਆਂ। ਅਗਲੀ ਰੇਡ ਬੁਲਟ ਬੁਲਟ ਕਹਿੰਦੇ ਅਗਲੀ ਰੇਡ ਬਾਰੇ ਇਹ ਬੁਲਟ ਹੈ। ਹੁਣ ਦੇਖਦੇ ਆ ਵੀ ਬੁਲਟ ਨੂੰ ਜਫਾ ਕਿਹਨੇ ਲਾਉਣਾ ਉਹ ਕਮਾਲ ਕਿਹਨੇ ਕਰਨੀ ਲੈ ਵੀ ਸੋਨੀ ਭਲਵਾਨ ਮੇਲਾ ਇਹ ਆ ਆ ਓਏ ਆ ਬਸ ਜੌਂਡੀਅਰ ਹੱਥ ਲਾ ਕੇ ਪੁਆਇੰਟ ਤਾਂ ਲੈ ਜਾਂਦੇ ਪਰ ਪਤੰਦਰ ਖੱਜਣ ਵਾਲਾ ਕਰਦੇ ਐ। ਜੌਂਡੀਅਰ ਰੇਡ ਪਾ ਰਹੇ ਨੇ ਨੀ ਜੌਂਡੀਅਰ ਓ ਜੌਂਡੀਅਰ ਦੀ ਰੇਡ ਇਸੇ ਲਈ ਕਹਿੰਦੇ ਪੈ ਚੁੱਕੀ ਹੈ ਜਿਹੜੇ ਵੀਰ ਦੀ ਕਲੀ ਤੇ ਡਿਊਟੀ ਹੈ ਉਹ ਬਾਉਂਡਰੀ ਦੇ ਆਲੇ ਨਾਲੇ ਕਲੀ ਪਾ ਦੇਵੇ ਬੰਬ 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 ਪਰ ਚੱਲਿਆ ਨਹੀਂ ਬੰਬ ਚੱਲਿਆ ਨਹੀਂ ਓ ਓ ਲਓ ਯਾਰ ਜੌਂਡੀਅਰ ਆ ਵੀ ਜ਼ਹਿਰ ਜ਼ਹਿਰ ਦੀ ਰੇਡ ਇਹਦੇ ਮਗਰ ਗੁੱਤ ਜੀ ਕਰੀ ਦੇਖੋ ਕਿੰਨੀ ਸੋਹਣੀ ਲੱਗਦੀ ਹੈ ਬੱਲੇ ਹੁਣ ਵੇਖਦਾ ਹੁਣ ਵੇਖਦਾ ਹੁਣ ਵੇਖਦਾ ਵੀ ਜ਼ਹਿਰ ਨੂੰ ਉਹ ਕੌਣ ਚਿੰਬੜੂ ਜ਼ਹਿਰ ਨੂੰ ਜਫਾ ਕਿਹਨੇ ਲਾਉਣਾ ਕਮਾਲ ਕਿਹਨੇ ਕਰਨੀ ਹੈ ਪਰ ਆਓ ਜਾਂਦਾ ਜ਼ਹਿਰ ਦੇਖੇ ਕਿਸੇ ਬਾਬੇ ਤੋਂ ਤਾਂ ਨੀ ਕਰਾਇਆ ਕੁਛ ਖੱਜਲ ਬਹੁਤ ਕਰਨਾ ਤੁਹਾਨੂੰ
ਉਹ ਜੇ ਪੱਜ ਗਿਆ ਉਹ ਖੱਜਲ ਬਹੁਤ ਕਰ ਰਹੇ ਨੇ ਇਹ ਬੰਬ ਤੇ ਪਿਸਟਲ ਆ ਦਈ ਪਿਸਟਲ ਨੂੰ ਭੂਪਾ ਕੇ ਤੇ ਨਾਲ ਸਾਡਾ ਅਮਲ ਇਟਲੀ ਵੱਲੋਂ ਆਓ ਇਹ 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 ਦੇਖੀ ਇੱਕ ਓਨ ਨਿੱਕਾ ਜਿਹਾ ਕਿਤੇ ਧਰਤੀ 'ਚ ਨਾ ਵੜ ਜੀ ਹੈਲੋ ਉਧਰ ਆਪਣੇ ਸਮੇਂ ਦੇ ਮਹਾਨ ਕਬੱਡੀ ਖਿਡਾਰੀ ਬਾਈ ਭੂਪਾ ਵਡਾਰੀ ਜੀ ਆਹ ਸਲੇਡਾ ਆ ਗਿਆ ਕਲੈਕਟਰ ਬਣੀਓ ਆਹ ਪਿਸਟਲ ਦੇ ਲਈ ਤੇ ਜ਼ਹਿਰ ਦੇ ਲਈ ਵੱਡੇ ਮਾਣ ਹੈ ਆਓ ਇਹ ਚੰਗਿਆਲਾ ਇਹ ਚੰਗਿਆਲੇ ਕੱਢੂ ਇਹ ਚੰਗਿਆਲੇ ਇਹ ਚੰਗਿਆਲੇ ਮੈਨੂੰ ਲੱਗਦਾ ਵੀ ਚੰਗਿਆਲੇ ਦਰਬਾਰਾ ਨਿਕਲਣਗੇ ਉਹ ਚੰਗਿਆਲੇ ਨਿਕਲਣਗੇ ਆਹ ਭਿੰਦਰ ਸਿੰਘ ਜੀ ਵੱਲੋਂ ਸਾਹਿਬ ਭਿੰਦਰ ਸਿੰਘ ਜੀ ਵੱਲੋਂ ਪਿਸਟਲ ਦੇ ਲਈ 100 ਰੁਪਈਆ ਭਿੰਦਰ ਸਿੰਘ ਜੀ ਵੱਲੋਂ ਪਿਸਟਲ ਦੇ ਲਈ 100 ਉਧਰ ਅਰਸ਼ ਸਾਡਾ ਵੀਰ ਦੁਲਮਾ ਵਾਲਾ ਆਇਆ ਹੋਇਆ ਹੈ ਉਸ ਵੀਰ ਦਾ ਵੀ ਧੰਨਵਾਦ ਹੈ ਅਰਸ਼ ਦੁਲਮਾ ਧੰਨਵਾਦ ਹੈ ਵੱਡੇ ਭਾਈ ਦਾ ਉਹ ਵੀ ਸਾਡੇ ਦਰਮਿਆਨ ਆਇਆ ਹੋਇਆ ਪਲਟੀਨਾ ਪਲਟੀਨਾ ਗੋਲਡ ਵਾਲੇ ਨੇ ਉਹ ਬੰਬ ਤੇ ਪਲਟੀਨਾ ਪਲਟੀਨਾ ਦੇ ਬੰਬ ਬੰਬ ਤੇ ਪਲਟੀਨਾ ਪਲਟੀਨਾ ਦੇ ਬੰਬ ਬੰਬ ਤੇ ਪਲਟੀਨਾ ਪਲਟੀਨਾ ਦੇ ਬੰਬ ਆਉ ਜਾਂਦਾ ਏ ਮਿੱਥੇ ਰੱਖੋ ਨੋੜੇ ਕਹਿੰਦੇ ਵੀ ਇਹ ਬੰਬ ਪਲਟੀਨਾ ਗਾ ਇਹ ਇਹਨੇ ਫੂਕ ਐ ਮਾਰੀ ਆ ਕਿਤੇ ਅਗਲੀਆਂ ਟੀਮਾਂ ਜਲਦੀ ਦੇ ਨਾਲ ਖੇਡ ਮੈਦਾਨ ਵਿੱਚ ਆਉਣਗੀਆਂ ਬੁਲਟ ਆ ਬੁਲਟ ਇਸ ਵੇਲੇ ਫਿਰ ਕਬੱਡੀ ਪਾ ਰਿਹਾ ਬੁਲਟ ਦੀ ਰੇਡ ਆ ਪਰ ਨੰਬਰ ਇਸ ਵੇਲੇ ਰੇਡਰ ਦੇ ਵਾਸਤੇ ਉਹ ਪਿਸਟਲ ਫੇਰ ਆ ਗਿਆ ਪਿਸਟਲ ਉਹ ਬਾਈ ਇੱਕ ਵਾਰੀ ਤਾੜੀ ਮਾਰੋ ਪਿਸਟਲ ਦੇ ਵਾਸਤੇ ਪਿਸਟਲ ਆ ਗਿਆ ਪਿਸਟਲ ਭਿੰਦਰ ਸਿੰਘ ਜੀ ਭਿੰਦਾ ਉਹ ਕਹਿੰਦੇ ਪਿਸਟਲ ਆਏ ਨਹੀਂ ਹੁਣ ਪਿਸਟਲ ਠੰਡਾ ਜਿਹਾ ਹੋ ਗਿਆ ਉਹ ਕਹਿੰਦਾ ਕੋਈ ਗੱਲ ਨੀ ਕਹਿੰਦਾ ਤੂੰ ਭਾਰਾ ਮੈਂ ਭਿੰਦਰ ਸਿੰਘ ਜੀ ਭਿੰਦਾ ਉਹਨਾਂ ਵੱਲੋਂ ਪਿਸਟਲ ਦੀ ਅਗਲੀ ਕਬੱਡੀ 100 ਦੀ ਪਿਸਟਲ ਦੀ ਕਬੱਡੀ 100 ਦੀ ਪਵੇਗੀ ਔਰ ਜ਼ਹਿਰ ਜ਼ਹਿਰ ਦੀਆਂ ਦੋ ਕਬੱਡੀਆਂ 500 ਦੀਆਂ 1100 ਦੀਆਂ ਦੀਪਾ USA ਤੀਰਥ ਕੈਨੇਡਾ ਹੈਪੀ ਬਾਈ ਤੇ ਹਰਿੰਦਰ ਸੋਹੀ ਰਾਜੂ ਤੇ ਗੋਰੇ ਬਾਈ ਦੇ ਵੱਲੋਂ ਇਹਦੀਆਂ ਦੋ ਕਬੱਡੀਆਂ 1100 ਦੀਆਂ ਮਰੀਜ਼ਪੁਰੀ ਵਾਲਾ ਕੰਮ ਕਰਨ ਲੱਗ ਗਿਆ ਤਾਂ ਪਿਸਟਲ ਆ ਗਿਆ ਪਿਸਟਲ ਦੀ ਆ ਕਬੱਡੀ ਭਿੰਦਰ ਸਿੰਘ ਜੀ ਭਿੰਦੇ ਵੱਲੋਂ 100 ਦੀ ਵੀਰ ਡੋਲੀ ਵਾਲੀ ਕਾਰ ਬੜਾ ਪਿਆਰਾ ਵੀਰ ਆਏ ਔਰ 100 ਰੁਪਈਆ ਜ਼ਹਿਰ ਦੇ ਲਈ ਮਾਣ ਆਇਆ ਪਿਸਟਲ ਆਓ ਉਧਰ ਦੀਪਾ ਜੂ ਇਸੇ ਤੀਰਥ ਬਾਈ ਹੋਣੀ ਕੈਨੇਡਾ ਵਾਲੇ ਕਹਿੰਦੇ ਵੱਡਾ ਮਾਣ ਕਰਨਗੇ ਆਓ ਬਾਈ ਆ ਜ਼ਹਿਰ ਆਪਣੇ ਦੇ ਪਿਸਟਲ ਦੇ ਪੈਸੇ ਲੈ ਜਾਓ ਫੜ ਕੇ ਮੇਰੇ ਵੀਰ ਜਿਹਦੀ ਜਿਹਦੀ ਮਾਇਆ ਬੋਲੀ ਜਾਂਦੀ ਆ ਜ਼ਹਿਰ ਦੀ ਇੱਕ ਕਬੱਡੀ ਬਾਕੀ ਆ ਤੇ 1100 500 ਰੁਪਈਆ ਪਿਸਟਲ ਦੇ ਲਈ ਉਹ ਜਿਹੜਾ ਨਿੱਕਾ ਜਿਹਾ ਬਾਹਲਾ ਹੀ ਨਿੱਕਾ ਜਿਹਾ ਜਿਹੜਾ ਆਓ ਸਲੇਡਾ ਆਓ ਸਲੇਡਾ ਆਓ ਸਲੇਡਾ ਇੱਥੇ ਇੱਥੇ ਰੱਖ ਜ਼ਹਿਰ ਦੀ ਇੱਕ ਕਬੱਡੀ ਬਾਕੀ ਆ ਤੇ 1100 ਰੁਪਈਆ ਦੀਪਾ USA ਤੀਰਥ ਕੈਨੇਡਾ ਹਰਿੰਦਰ ਮਸੋਹੀ ਬਾਈ ਦੇ ਵੱਲੋਂ ਇੱਕ ਮਿੰਟ ਦੀਪਾ USA ਹੈਪੀ ਗਰੀਸ ਹਰਿੰਦਰ ਸੋਹੀ ਤੇ ਰਾਜੂ ਬਾਈ ਹੋਣੀ 500 ਰੁਪਈਆ ਦੇਣਗੇ ਜਿੱਧਰ ਵੀ ਜੱਫਾ ਲੱਗੂ ਹੁਣ ਜਿੱਧਰ ਵੀ ਜੱਫਾ ਲੱਗੂਗਾ ਸਾਡੇ ਵੀਰ ਦੀਪੇ ਹੋਣੀ ਤੀਰਥ ਹੈਪੀ ਗਰੀਸ ਤੇ ਹਰਿੰਦਰ ਸੋਹੀ ਰਾਜੂ ਗੋਰੇ ਹੋਣੀ 1100 ਦੀ ਰੇਡ ਉਹ ਦੂਜੀ ਕਬੱਡੀ ਪੈਗੀ 1100 1100 ਦੀਪੇ ਬਾਈ ਹੋਣਾ ਵੱਲੋਂ ਆ ਪਿਸਟਲ ਦੇ ਲਈ 100 ਰੁਪਈਆ ਲੈ ਬਾਈ ਕਲੈਕਟਰ ਗਰਮੇਲ ਕਹਿੰਦਾ ਵੀ ਕਲੈਕਟਰ ਵੱਲੋਂ ਪਿਸਟਲ ਦੇ ਲਈ 100 ਦੇਣਾ ਹੈ ਪਿਸਟਲ ਦੇ ਲਈ ਪਿਸਟਲ ਲਈ 100 ਨਹੀਂ ਦੀਪੇ ਹੋਣੀ ਗੁੱਟੀਆਂ ਲਈ ਖੜਿਆ ਹੈ ਹਰਜਿੰਦਰ ਬਾਈ ਹੋਣੀ ਰਾਜੂ ਹੋਣੀ ਕਹਿੰਦੇ ਮਾਣ ਕਰਾਂਗੇ ਆਓ ਜੇ ਜੱਫਾ ਲੱਗੂ ਦੀਪਾ ਬਾਈ ਕਹਿੰਦਾ ਵੀ 500 ਪਰ ਆਓ ਜਾਂਦਾ ਹੈ ਆਓ ਜਾਂਦਾ ਹੈ ਆਓ ਜਾਂਦੀ ਹੈ ਚਾਲਕ ਪਿੰਡ ਨੂੰ ਸੜਕ ਸੋਹਣਿਆ ਵੇ ਇਹ ਪੈਂਦਾ ਪੈ ਜਾਂਦਾ ਇਹ ਫਰਕ ਸੋਹਣਿਆ ਵੇ ਮਨਜੀਤ ਹੋਣੀ ਸਾਡੇ ਵੀਰ ਹੈ ਨਾਲ ਗੋਲੂ ਬਾਈ ਜੀ ਹੋਣੀ ਵਿਸ਼ੇਸ਼ ਤੌਰ ਤੇ ਆਏ ਹੋਏ ਹੈ
इन्ना धन्नवाद किया जा रहा है मनजीत होनी साढ़े बड़े प्यारे वीर है पिस्टल दी हां पिस्टल आ दा दीपे पिस्टल दी दो कबड्डियां दीपा जू एस राजू बाई हरजिंदर बाई कहना भी 1100 दी बैठ गई है पिस्टल दी तो एक पैगी पिस्टल दी 500 रुपया भूपा कहना भी मेरा पा दियो 1600 दिया हां 1100 बोलता भाई जी 1100 500 भूपे का पै गया 1600 रुपया 500 फड़ ला इतने 1600 दे दी अजे नहीं एक रहेगी एक कबड्डी रहेगी आए लवी पिस्टल हां भूपा बटारी 500 रुपया भूपा बटारी 100 रुपया होर पा दो जी 1700 रुपया आ 1700 हो गया 1700 रुपया पिस्टल दिया एक कबड्डी रहेगी पिस्टल दी एक कबड्डी बाकी है ते दीपे हुणी कहिंदे आपां ने 1100 देना मुंडे नूं पिस्टल दी इक ही कबड्डी दीपे भाई पिस्टल दी इक ही कबड्डी 1100 दी इस तों बाद 65 किलो दा फाइनल उस तों बाद 1700 आ कबड्डी पिस्टल दी 1700 दी लेवी दीपे दीपा भाई हरजिंदर राजू भाई हुणी 1700 500 रुपया भूपे वालों पै गया हैप्पी ब्रीत साडा वीर उस भरा वालों भी बड़े प्यार आओ ए आओ आ फड़ी 1700 रुपया आ पिस्टल 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 जेड़ा मैच अमामगढ़ दे बरसालपुर दा पहला सेमीफाइनल सेमीफाइनल खेडण गया ए लास्ट क्वार्टर है हां जी लास्ट क्वार्टर सॉरी हां जी ओके लास्ट क्वार्टर टीमा जड़िया पहुंचणगीआं चार आओ 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 देखो सामने नंबर वीर नोनी आ मैच तो बाद 65 किलो दा फाइनल उस तो बाद एक क्वार्टर बाकी है बरसालपुर ते अमामगढ़ हां जी कैरी ऑन